ਪੱਲਿਆਂ ਵਾਲਾ ਦੱਸੂ ਰੈਫਰੀ ਕੀ ਫੈਸਲਾ ਕਰਦਾ ਪੁਆਇੰਟ ਧਾਵੀ ਦਾ। ਆਹ ਮੁੰਡਾ ਕਹਿੰਦੇ ਭਾਕੀ ਪ੍ਰਿਆ ਗੁਰਦਾਸ ਕਬੱਡੀ ਪਰ ਚਾਰ ਰੈਫਰੀ ਹੈ। ਆਹ ਦਿਸ਼ਾ ਲੋਹਾ ਢੇਰੀਆਂ ਦਾ ਨਾਲ ਮੁੰਡਾ ਕਹਿੰਦੇ ਜਲਾਲ ਪ੍ਰਿਆ। ਆਹ ਇੱਕ ਕੰਨੀ ਦੇ ਭੂਰਿਆਂ ਵਾਲਾ ਕਹਿੰਦੇ ਟੈਸਕ ਦਾ ਪੁੱਤ ਕੇਂਦਰ ਹੈ। ਆਹ ਲੋਹਾ ਢੇਰੀਆਂ ਦਾ ਦਿਸ਼ਾ ਕਹਿੰਦੇ ਲਾਜਫਾ ਲੱਗ ਗਿਆ ਜਹਾ ਧਾਵੀ ਗਿਆ ਡੱਕਿਆ। ਆਹ ਚੜ ਗਿਆ ਚਾਰ ਜਿੰਨੇ ਜਿੰਨੇ ਟੱਕਿਆ ਚੜ ਗਿਆ ਚਾਰ ਜਿੰਨੇ ਜਿੰਨੇ ਟੱਕਿਆ। ਮੁੰਡਾ ਕਹਿੰਦੇ ਕਬੱਡੀ ਭਾਰ ਹੈ ਖੇਡ ਦੇ ਮੈਦਾਨ ਦੇ ਵਿੱਚ। ਇਹ ਕਹਿੰਦੇ ਧੱਜ ਦਾ ਮੈਨੂੰ ਕਾਰੇ ਸੱਗੇ ਵਾਲਾ ਰੱਬ ਵਧਾਉਣ ਵਾਲਾ ਪਿੰਡੀ ਟਰਾਈ ਕਰਦਾ ਨੰਬਰ ਕਹਿੰਦੇ ਚੀਰਾ ਜੋੜ ਕੇ ਰਿਸ਼ਪਾਲ ਕਬੱਡੀ ਪਾਵੇਗਾ। ਇਹਦਾ ਬੌਲੀਆਂ ਪਿੰਡ ਨੀ ਇਹਦਾ ਕਹਿੰਦੇ ਭੈਣੀ ਪਿੰਡ ਹੈ। ਨਾਲ ਰੇ ਰਿਸ਼ਪਾਲ ਦੀ ਹੈ ਗਿੰਦਰਾ ਤਿਆਰੀ ਫੜਨਾ ਮੁੰਡਿਆ ਪਹਿਲੇ ਮੈਚ ਚ ਬੱਲੇ ਬੱਲੇ ਕਰਾਈ ਹੈ ਪਰ ਆ ਗਿੰਦਰ ਉਹਨਾਂ ਸੱਦਿਆ ਕਾਕੇ ਕਲੇਰ ਉਹਨਾਂ ਸੱਦਿਆ ਜਿਹੜੇ ਸੈਮੀ ਫਾਈਨਲ ਮੈਚ ਆ ਉਹ 10-2-10 ਦੇ ਕਰਵਾਏ ਜਾਣਗੇ। ਇਹ ਰੈਫਰੀ ਸਾਹਿਬਾਂ ਨੋਟ ਕਰ ਲਓ ਟੀਮਾਂ ਦੇ ਕੋਚ 10-2-10 ਦਾ ਟਾਈਮ ਆ ਸੈਮੀ ਫਾਈਨਲ ਮੈਚਾਂ ਦਾ। ਸੂਰਬੀਰ ਜਵਾਨਾਂ ਦਾ ਔਰ ਚੀਨਾ ਦਾ ਬਲਕੀਤ ਆ ਮੁੰਡੇ ਦੀ ਖੇਡ ਦੇ ਮਾਨ ਕਰਦਾ ਔਰ ਛੇਛੇ ਰੈਲੀਆ ਕੱਤੀ ਮਾਨ ਕਰਦਾ ਸੁਰਸਕੇ ਪ੍ਰਤਾਪ ਦੀ ਰੇਟ ਤੇ ਮੈਨੂੰ ਲੱਗਦਾ ਦੀਛਾ ਚੰਦਰਾ ਖਰਾਬ ਕਰੂਗਾ ਇਹ ਚੰਦਰਾ ਖਰਾਬ ਕਰੂਗਾ। ਪੁਆਇੰਟ ਕਹਿੰਦੇ ਜਾਫੀ ਦੇ ਸੇ ਜੁੜਦਾ ਆ ਔਰ ਕੈਰੋ ਪਿੰਡ ਦਾ ਗੋਪੀ ਰੇਟ ਪਾ ਰਿਹਾ ਬੰਦਰ ਕਰੀ ਗੱਲ ਔਰ ਕੈਰੋ ਵਾਲਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਗੋਪੀ ਦੀ ਰੇਡ ਚਾਰ ਖਿਡਾਰੀ ਤਿਆਰ ਨੇ ਮੰਡੋ ਵੀ ਤਿਆਰ ਹੈ ਉਧਰ ਵਿੱਕੀ ਡਿੱਬੀਪੁਰ ਦੇ ਪੰਮਾ ਡਿੱਬੀਪੁਰ ਉਧਰ ਸਰਦਾਰ ਸੁਖਪਾਲ ਸਿੰਘ ਦੀ ਭੁੱਲਰ ਸਾਹਿਬ ਆ ਉਹਨੇ ਪਹੁੰਚ ਚੁੱਕੇ ਆ ਗਰਾਊਂਡ ਵਿੱਚ ਜੀ ਹੋਇਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਉਹਨਾਂ ਦੇ ਨਾਲ ਹੀ ਸਰਕਾਰ ਲੋਕ ਸ਼ਸ਼ੀਤ ਆ ਉਹਨਾਂ ਦਾ ਵੀ ਬਹੁਤ ਧੰਨਵਾਦ। ਕਮੈਂਟਰ ਸਾਹਿਬ ਕੈਰੀ ਆਨ ਆਓ ਕਿੱਕੀ ਡਿੱਬੀਪੁਰ ਦੇ ਪੰਮਾ ਡਿੱਬੀਪੁਰ ਕਹਿੰਦੇ ਭੂਰਿਆਂ ਵਾਲਾ ਕੇਂਦਰ ਜਿੰਨੇ ਜਫੇ ਲਾਵੇਗਾ ਉਹਨੇ 500 ਮਾਣ ਹੋਣਗੇ। ਨਾਲ ਅਮਰਤਵੀਰ ਸਿੰਘ ਜੀ ਬਿੱਟੂ ਆਸਲ ਚੇਅਰਮੈਨ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸੁਰਿੰਦਰ ਸਿੰਘ ਜੀ ਆਸਲ ਚੇਅਰਮੈਨ ਨਹੀਂ ਪੁੱਜੇ ਹੋਣਗੇ। ਆਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਗੱਭਰੂ ਕੌਣ ਆ ਇਹ ਕੌਣ ਕਹਿੰਦਾ ਹਰਦੀਪ ਦੇ ਭੂਰਿਆਂ ਵਾਲਾ ਜਿੰਨੇ ਜਫੇ ਉਹਨੇ 500 ਮਾਣ ਹੋਣੇ ਹੈ ਉਹਨੇ 500 ਮਾਣ ਹੋਣੇ ਹੈ। ਧਰਮਿੰਦਰ ਕਿਹੜਾ ਰੇਟ ਪਾ ਰਿਹਾ ਬੰਦਰ ਕਰੇ ਗੱਲ ਪੰਜਾਬੀ ਮੈਂ ਬੋਲਣ ਦੇ ਵੱਡੇ ਮਨ ਕੀਤੇ ਆ ਧੰਨਵਾਦ। ਪੁਆਇੰਟ ਕਹਿੰਦੇ ਕਾਲੇ ਸੰਘਿਆ ਵਾਲੇ ਦਾ ਆ ਮੁੰਡਾ ਕਹਿੰਦੇ ਕਬੱਡੀ ਭਾ ਰਿਹਾ ਹੈ ਇਹ ਮੁੰਡੇ ਨੂੰ ਕਹਿੰਦੇ ਬਰੀਕੀਆਂ ਕਾਲੀ ਕੋਟੀਆਂ ਵੀ ਸਿਖਾਈਆਂ ਤੇ ਜੂਨ ਦੇ ਮੇਲੇ ਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਧਾਲੀਵਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਕੰਮ ਹੋਵੇ ਤੇ ਕਾਲੂ ਕੋਟ ਦਾ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਜਾਵੇਗਾ। ਸਾਡੇ ਭਰਾ ਕਹਿੰਦੇ ਪ੍ਰਭਜੋਤ ਸਿੰਘ ਜੀ ਧਾਲੀਵਾਲ ਤੇ ਨਾਲ ਸਾਰੇ ਵੀਰਾਂ ਵੱਲੋਂ ਮੋਟਰਸਾਈਕਲ ਪਰ ਆਓ ਗੱਲ ਵੱਡੀ ਤੇਜਾ ਸਿੰਘ ਵਾਲੇ ਦਾ ਗੋਪੀ ਆਓ ਗੋਪੀ ਕਰਦਾ ਪੁੱਠੀ ਟੋਪੀ ਗੋਪੀ ਨੇ ਟੋਪੀ ਪੁੱਠੀ ਕਰਦੀ ਹੈ। ਆਹ ਮੁੰਡੇ ਨੂੰ ਅੱਜ ਸੋਨੇ ਦਾ ਕੈਂਠਾ ਕਹਿੰਦੇ ਆਹ ਮੱਖਣ ਸੰਧੂ ਨੇ ਪਾਉਣਾ ਹੈ ਪੂਰੀ ਟੀਮ ਨੇ ਸੋਨੇ ਦਾ ਕੈਂਠਾ ਪਾਉਣਾ ਹੈ। ਕੋਨੀ ਨੂੰ ਮੋਟਰਸਾਈਕਲ ਦਿੱਤਾ ਜਾਣਾ ਹੈ ਆਹ ਪੱਟੀ ਵਾਲਾ ਗੋਲੀ ਟ੍ਰੇਨ ਪਾ ਰਿਹਾ ਹੈ ਆਹ ਚਾਰ ਜਾਫੀ ਖੜੇ ਹੈ ਇੱਕ ਕੰਨੀ ਦੇ ਪੱਟੀ ਦਾ ਬਲਜੀਤ ਹੈ ਆਹ ਇੱਕ ਕੰਨੀ ਤੋਤੇ ਰਾਣੀ ਬਲਾਣੇ ਨੇ ਬੱਲੀ ਹੈ ਤੇ ਪੁਆਇੰਟ ਕਹਿੰਦੇ ਇਸ ਸਮੇਂ ਧਾਵੀ ਦੇ ਸੇ ਜੁੜਦਾ ਹੈ। ਆ ਕਹਿੰਦੇ ਸਰਦਾਰ ਕਾਵਲ ਸਿੰਘ ਜੀ ਮੈਂਬਰ ਪੰਚਾਇਤ ਭੈਣੀ ਨਗਰ ਕਹਿੰਦੇ ਦਿਆਲਪੁਰ ਦੇ ਲਾਗੇ ਵਸਿਆ ਖੇਡ ਮੈਦਾਨ ਚ ਰਿਸ਼ਪਾਲ ਕਬੱਡੀ ਪਾਉਣ ਵੱਧ ਹੈ ਰਿਸ਼ਪਾਲ ਦੀ ਰੇਡ ਹੈ ਸਾਹਮਣੇ ਰਿਸ਼ਪਾਲ ਦੀ ਰੇਡ ਤੇ ਮੁੰਡਾ ਕਹਿੰਦੇ ਜਲਾਲਾ ਵਾਲਾ ਉਹ ਹਰਮਨ ਦੀ ਟਰਾਈ ਵੱਡੀ ਬੱਲੇ ਉਹ ਬੱਲੇ 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 ਇਹ ਕਹਿੰਦੇ ਹਰਮਨ ਤੇ ਰਿਸ਼ਪਾਲ ਇੱਕੋ ਜਿਹੇ ਸਰੀਰ ਪਰ ਮੁੰਡਾ ਮੈਨੂੰ ਲੱਗਦਾ ਸ਼ੇਰੇ ਪੰਜਾਬ ਦੀ ਵੀ ਚੋਟੀ ਦੀ ਹੈ ਅੰਬਾ ਰੇਡ ਪਾਵੇਗਾ ਤੇ ਸੁੱਗਾ ਸਾਹਿਬ ਗੱਲ ਕਰਨਗੇ ਪੈਂਦੀ ਰੇਡੇ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੈ ਅੰਬੇ ਦੀ ਰੇਡ ਹੈ ਆਹ ਮੁੜਕੋ ਮੁੜਕੀ ਹੋ ਗਿਆ ਮਿੱਤਰ ਜੋਰ ਚੋਪਰਾ ਦਾ ਕੰਡਾ ਦਿਲੀ ਚੁਬਲਾ ਜਿਸਮ ਕਠੋਰ ਚੋਪਰਾ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ
ਖੇਲੇ ਮਰਦ ਮਦਾਨੋ ਉਹ ਡਰ ਕੇ ਨਹੀਂ ਭੱਜਦੇ ਕਿ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਦੂਜੇ ਸਨਮਾਨ ਹਾਫ ਦੇ ਵਿੱਚ ਕਰਵਾਇਆ ਜਾਵੇ ਤੇ ਬਾਬਾ ਅਜੀਤ ਸਿੰਘ ਜੀ ਘਰਿਆਲੀ ਵਾਲਿਆਂ ਦਾ ਸਨਮਾਨ ਭਾਜੀ ਬਾਬੋ ਨੂੰ ਬੇਨਤੀ ਹੈ ਕਿ ਜ਼ਿੰਮੇਵਾਰੀ ਨੂੰ ਸਾਂਭਣਾ ਇਸ ਹਾਫ ਦੇ ਵਿੱਚ ਕਹਿ ਰਹੀ ਹਾਂ ਹਾਂਜੀ ਚੱਲ ਗੁਰਗਾ ਪਾ ਕਬੱਡੀ ਲੋ ਗੁਰਦਾਸ ਕਬੱਡੀ ਪਾ ਰਿਹਾ ਉਧਰ ਸਰਪੰਚ ਸੁਖਦੇਵ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਭੁੱਲਰ ਸਾਹਿਬ ਮੈਂਬਰ ਸੁਰਿੰਦਰ ਸਿੰਘ ਜੀ ਘਰਿਆਲਾ ਖੁਰਦ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਖੇਡ ਮੈਦਾਨ ਚ ਗੁਰਦਾਸ ਦੀ ਰੇਡ ਹੈ ਆਹ ਚੌਥੀ ਚਾਰ ਹੈ ਆਹ ਮੁੰਡੇ ਦੇ ਕਹਿੰਦੇ ਕਬੱਡੀ ਦੇ ਮਾਨ ਕੁਲਦੀਪ ਸਰਪੰਚ ਕੋਟ ਮੁੰਡੇ ਵਾਲਾ ਕਰਦਾ ਪਰ ਪੁਆਇੰਟ ਕਹਿੰਦੇ ਢਾਬੀ ਦੇ ਸਿਰ ਜੁੜਦਾ ਆ ਆ ਗਿਆ ਧਰਵਿੰਦਰ ਸਿੰਘ ਕਹਿੰਦੇ ਜੀਰਾ ਕਾਲੇ ਸੰਘਿਆ ਪਿੰਡ ਵਾਲਾ ਖੇਡ ਮੈਦਾਨ ਚ ਆਹ ਕਾਟੇ ਦਾ ਪੇਂਡੂ ਰੇਡ ਪਾ ਰਿਹਾ ਪਰ ਨਹੀਂ ਜਗ ਸਕਿਆ ਪੁਆਇੰਟ ਧਾਵੀ ਦਾ ਚਾਲੋ ਕਬੂਗਾ ਪਾ ਕਬੱਡੀ ਆਹ ਪੱਕਦੇ ਕਬੱਡੀ ਵਾਲੇ ਢੋਲ ਗੂੰਜਦੇ ਬੋਲੇ ਹੋਏ ਚੱਕਰਾਂ ਦੇ ਬੋਲ ਗੂੰਜਦੇ ਜਿੱਦਾਂ ਟੋਕੇ ਵਾਲੀ ਕੁੜੀ ਉਹਦੇ ਪੜਾ ਚੱਲਦਾ ਔਰ ਰਾਜੇ ਖੇਲੇ ਲੋਕਾਂ ਦੇ ਤਾਂ ਲੋੜ ਚੱਲਦੇ ਪਰ ਮਿੱਤਰਾਂ ਦਾ ਇੱਕ ਇੱਕ ਟਗਾ ਚੱਲਦਾ ਪਰ ਮਿੱਤਰਾਂ ਦਾ ਇੱਕ ਇੱਕ ਟਗਾ ਚੱਲਦਾ ਔਰ ਸਰਦਾਰ ਟਹਿ ਸਿੰਘ ਜੀ ਦੇਖਦੇ ਨੇ ਪੁੱਤ ਨੇ ਕਹਿੰਦਾ ਰੁੱਟਣਾ ਉਹ ਜਿਹੜੇ ਜਿਹੜੇ ਕਹਿੰਦੇ ਅੱਜ ਕੇਂਦਰ ਕੈਰ ਕਰੀ ਆਉਂਦਾ ਤਾਰੀ ਜ਼ਰੂਰ ਮਾਰਨਗੇ ਔਰ ਕਹਿੰਦੇ 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 ਜੱਫਿਆਂ ਦੀ ਝੜੀ ਲਈ ਹੁਣ ਬੇਨਤੀ ਹੈ ਦੂਜੇ ਸੈਮੀ ਦੀਆਂ ਟੀਮਾਂ ਕੋਈ ਵੇਟ ਨਹੀਂ ਕੀਤੀ ਜਾਣੀ ਮਹਾਂਪੁਰਸ਼ਾਂ ਦੇ ਚੱਲਦੇ ਮੈਚ ਦੇ ਵਿੱਚ ਆਉਣ ਆਹ ਗੋਲ ਦੀ ਰੇਡ ਤੇ ਪੁਆਇੰਟ ਕਹਿੰਦੇ ਪੱਟੀ ਵਾਲਾ ਜੁੜ ਗਿਆ ਸੁਰਤ ਗਿਆ ਪ੍ਰਤਾਪ ਸਿੰਘ ਕਬੱਡੀ ਭਾਵੇਗਾ ਪਰ ਦਰਸ਼ਕਾਂ ਦਾ ਤਾਪਾ ਹੈ ਦੁਨੀਆ ਪਿਆਰ ਦੇ ਨਾਲ ਤਾਪਾ ਕਹਿੰਦੀ ਹੈ ਕਿ ਮਿਣ ਕੇ ਦੇਖ ਲਓ ਨੌਜਵਾਨ ਦੀ ਛਾਤੀ ਤੇ ਮੰਜਾ ਡਹਿੰਦਾ ਉਹ ਸਿੰਘਪੁਰੇ ਦਾ ਰਾਣਾ ਇਹਨੂੰ ਟੈਗਰ ਤਾਂ ਸਿੰਘਪੁਰੇ ਦਾ ਰਾਣਾ ਤਾਪੇ ਨੂੰ ਟੈਗਰ ਕਹਿੰਦਾ ਇਹ ਮਾਝੇ ਦਾ ਟੈਗਰ ਖਿਡਾਰੀ ਹੈ ਪੁਆਇੰਟ ਕਹਿੰਦੇ ਧਾਵੀ ਦੇ ਸਿਰ ਜੁੜਦਾ ਹੈ ਚੱਲ ਸੁਰਸ ਗਿਆ ਪਾ ਕਬੱਡੀ ਉਹ ਪਿਆਰ ਸਿੰਘ ਸਰਪੰਚ ਬੈਠਾ ਤੁਮਣੀ ਦੇ ਵਿੱਚ ਪੱਟੀਆਂ ਰੌਣਕਾਂ ਲੱਗੀਆਂ ਕਬੱਡੀ ਦਾ ਪੱਟਾ ਵਾਹ ਕਮੋਇਆ ਪਰ ਆਹ ਮੁੰਡਾ ਖੇਡ ਮੈਦਾਨ ਕਹਿੰਦੇ ਸੁਰਸ ਗਿਆ ਅਮਰਤ ਕਹਿੰਦੇ ਬਗੀਚੇ ਦਾ ਭਤੀਜਾ ਕਬੱਡੀ ਪਾ ਰਿਹਾ ਗੁਰਦੇਵ ਸਿੰਘ ਤੁਮਣੀ ਤੱਕਦਾ ਉਹ ਪੱਟੀ ਦਾ ਬਲਜੀਤ ਮੈਨੂੰ ਲੱਗਦਾ ਹੋ ਗਿਆ ਮੁੰਡੇ ਅੱਗੇ ਖੜ ਕੇ ਹੌਸਲਾ ਕਰਕੇ ਭੁੱਕਰਿਆ ਸਾਧ ਸਿੰਘਾਂ ਤੋਂ ਫੜ ਕੇ ਟੰਗੀ ਲਾਉਣੀ ਪੈਂਦੀ ਆ ਉਹ ਦੁਨੀਆ ਐਵੇਂ ਤਾਂ ਨਹੀਂ ਬਣਦੀ ਹੈ ਬਣਾਉਣੀ ਪੈਂਦੀ ਹੈ ਦੁਨੀਆ ਐਵੇਂ ਤੇ ਨਹੀਂ ਬਣਦੀ ਸਹਿਣ ਬਣਾਉਣੀ ਪੈਂਦੀ ਹੈ ਮਸਤਗੜੀਆ ਕਹਿੰਦੇ ਵਿਰਕਾ ਦਾ ਪੁੱਤ ਕਬੱਡੀ ਭਾਵੇਗਾ ਖੇਡ ਮੈਦਾਨ ਦੇ ਵਿੱਚ ਚੰਨ ਵੀ ਸੋਹਣਾ ਖੇਡਦਾ ਆਹ ਮੁੰਡਾ ਕਹਿੰਦੇ ਦਾ ਗ੍ਰਾਈ ਕਬੱਡੀ ਭਾ ਰਿਹਾ ਜਿਗਰੀ ਯਾਰ ਆ ਚੰਨ ਦਾ ਚਾਰ ਖਿਡਾਰੀ ਧਿਆਨ ਨੇ ਦੱਸਿਆ ਦੁਨੀਆ ਤੇਰਾ ਜੱਫਾ ਵੀ ਦੇਖਣਾ ਚਾਹੁੰਦੀ ਹੈ ਉਹ ਜੱਸਾ ਕਹਿੰਦੇ ਕਲੇਰਾਂ ਵਾਲਾ ਜੱਸਾ ਦੁੱਬਲੀ ਵਾਲਾ ਪਰ ਪੁਆਇੰਟ ਕਹਿੰਦੇ ਅਮਨ ਦਾ ਨੰਬਰ ਕਹਿੰਦੇ ਅਮਨ ਜੁੜ ਗਿਆ ਹਾਦਸਾ ਹੋ ਗਿਆ ਨਿਊਜ਼ੀਲੈਂਡ ਦੇ ਪੁਆਇੰਟ ਆ ਜੀ 8.5 ਤੇ ਘਰਿਆਲੇ ਦੇ ਪੁਆਇੰਟ 8.16 ਸਾਡੇ ਬਹੁਤ ਸਤਿਕਾਰ ਸੀਨੀਅਰ ਕਾਂਗਰਸੀ ਆਗੂ ਹੀਰਾ ਸਿੰਘ ਜੀ ਮੈਂਬਰ ਦੁੱਬਲੀ 16 ਮੈਂਬਰ ਤੇ ਹਰਚੰਦ ਸਿੰਘ ਜੀ ਉਹਨਾਂ ਲੱਖਾਂ ਮੇਰਾ ਵੀਰ ਕੈਨੇਡਾ ਵਾਲਾ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਪੁੱਜੇ ਵੱਡਾ ਮਾਣ ਹੈ ਪੰਜਾਬੀ ਬੋਲਣ ਦਾ ਆਪ ਸਮਾਂ ਹੈ ਉਦੋਂ ਮੇਰਾ ਸਾਹਿਬ ਅਗਲੇ ਸੈਮ ਦੀਆਂ ਟੀਮਾਂ ਨੂੰ ਬੇਨਤੀ ਕਰ ਦਿਓ ਜਲਦੀ ਆਉਣ ਗਰਾਊਂਡ 'ਚ ਅਗਲੇ ਸੈਮੀਫਾਈਨਲ ਦੀਆਂ ਟੀਮਾਂ ਜਲਦੀ ਆ ਜਾਣ 31 ਤਰੀਕ ਢਿੰਡੀ ਵਾਲੇ ਦੇ ਹੋਵੇਗੀ ਪ੍ਰਗਟ ਸਿੰਘ ਜੀ ਆਸਟ੍ਰੇਲੀਆ ਵਾਲੇ ਨਾਲ ਮੇਰਾ ਵੀਰ ਸੋਨੂ ਆਸਟ੍ਰੇਲੀਆ ਦੇ ਸਾਡੇ ਬਹੁਤ ਸਤਿਕਾਰਯੋਗ ਪੂਰਨ ਸਿੰਘ ਜੀ ਦੋਧੀ ਵੱਡੇ ਸੱਦੇ ਦੇ ਗਏ ਹੈ 31 ਤਰੀਕ ਕਹਿੰਦੇ ਢਿੰਡੀ ਵਾਲੇ ਦੀ ਹੋਵੇਗੀ ਬੱਲੀ ਸਾਹਿਬ 12 ਵਿਸਲ ਕਰਾਓ ਮੁਕਾਬਲਾ ਆਓ ਸੁਰਸ ਗਿਆ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਤੇ ਖੇਡ ਦਾ ਕਬੱਡੀ ਵੇਖੋ ਪੁੱਤ ਜੱਟ ਦਾ ਆਓ ਨਾ ਹਿਆਰਾ ਵਾਂਗੂ ਆਉਂਦਾ ਧੂੜਾ ਵੱਟਦਾ ਆਓ ਪਾਟਲੇ ਦੇ ਝੰਡੀ ਫਿਰ ਫੜਦਾ ਨਾ ਹੋਰ ਨਹੀਂ ਆਓ ਸੋਨਾ ਲੀਕਾ ਜਿੰਨਾ ਵੱਲੋਂ ਜੱਟ ਵਿੱਚ ਜੋਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
सरदार हरजीत सिंह जी संधु फरीदकोट वाले जो पिछले बैच के IAS सिलेक्ट होया उन्हां दा भी विशेष सम्मान जो है संत बाबा अवतार सिंह जी वालों किया जाना है। वो जे कि स्टेडियम के है तो वो इतने जो स्टेज है उत्थे आ जाए। दोबारा बेनती है कि सरदार हरजीत सिंह जी संधु जो पिछले बैच में IAS सिलेक्ट हुए हैं जो इस स्टेडियम के है भी है उन्होंने तो वो स्टेज के लागे आ जाए उन्हों का सम्मान भी बाबा जी वालों किया जाना। वाहगुरू जी का खालसा श्री वाहगुरू जी की फतेह। उदे साडे सरदार प्रधान राज सिंह जी MLA सरपाल सिंह जी भुल्लर साहब अमृतवीर सिंह जी बिटू चेयरमैन आसला वाले बैठे हैं कबड्डी का आनंद माणते हैं। आओ खेड मैदान गबरू कहते कैरू पिंड का गोपी रेड पा रहा है। आओ कबरू पाठ बैठा बोले हुए आनंद माणते खेड मैदान गबरू की रेड से कहते आ सिख सरदार कहते मनो ढोलन वाला पर पॉइंट धावी के सिख अगले सैमीफाइनल दीमां जी अगले सैमीफाइनल दीमां बेनती है कमांडर साहब भी आते हुए केंद्र का सिरा आ गया आओ केंद्र का सिरा आ गया आ मुंडे का सम्मान कहते सोने के कैठे ना किया जाना कहते पट्टी वाला आओ गोली कबड्डी पा रहा है उधर सिंह मारी गोली सिद्धी विच देंदे भी पिस्टल तो मिलन बजारो जिगरे ना मिलते भी आओ पिस्टल तो मिलन बजारो आओ जिगरे ना मिलते जी साडे सरदार भुपिंदर सिंह जी भूकी साहब सरदार कुलदीप सिंह जी संधु साहब पूरी जथेबंदी ना पुटे है जथेदार बाबा गुरमेश जी ढोटी सवेर तो हाजरियां भर रहे हैं। आओ खेड़ अनाज मुंडा कहते मिरका का पुत है आओ पापे बलदेव का पेंडू है आओ छिछरे कद्दी का कहते झंडिया चेला वालका अमन बिरक पा कबड्डी भज गया पॉइंट कहते धावी ने से जुड़ता है। आओ मुंडे ने देख रहे हैं अपने शरीर से लिखिया आई लव कबड्डी। आओ मैनू लगता पड़पड़ दे कबड्डी कप का बस्ट तोता रंचो चंद्रया तू लव लिखिया तू ता ही तेरे ना प्यार होया ये तू लव लिखिया तू ता ही तेरे ना प्यार होया इनू ता ही तेरे ना प्यार होया जरमल सिंह जी ने लव लिखिया उन्होंने देखिया लल्ला बाबा लव हो गया मुंडिया में तेरे नाल लव हो गया आओ पापा रेड पारे बरबर करी गल मुंडे दी बई कबड्डी दी आओ पापा कहंदे रेड पारे कि कहंदे मामे वाला भी खड़ा है पर आ मुंडा कहंदे सोर सिंगिया ਗੰਦਰ ਕਹਿੰਦੇ ਹਲਕਾ ਟੱਚ ਕਰਾ ਤੇ ਕਹਿੰਦੇ ਬੜੀ ਸੋਹਣੀ ਬੰਦੀ ਮਾਵੇ ਵਾਲੇ ਦੇ ਪਾਸਪੋਰਟ ਤੇ ਨਿਊਜ਼ੀਲੈਂਡ ਦਾ ਵੀਜ਼ਾ ਠਾ ਕਰਦਾ ਬੱਜਾ ਆਓ ਕੱਕੂ ਗਿੱਲ ਮਾਨ ਕਰਦਾ ਬਣੂ ਭਗਵਾਨਪੁਰ ਮਾਨ ਕਰਦਾ ਆਓ ਖੇਡ ਮੈਦਾਨ ਗੋਕੀ ਦੀ ਰੇਡ ਤੇ ਵਰਿੰਦਰ ਕਰੀ ਗੱਲ ਔਰ ਰੇਡ ਕਹਿੰਦੇ ਕੈਰੋਂ ਵਾਲਾ ਮੁੰਡਾ ਭਾ ਰਿਹਾ ਖੇਡ ਮੈਦਾਨ ਦੇ ਵਿੱਚ ਤੇ ਚਾਰਾਂ ਦੇ ਵਿੱਚੋਂ ਰਾਣੀ ਬੁਲਾਈ ਆ ਮੁੰਡੇ ਨੂੰ ਕਹਿੰਦੇ ਮੋਟਰਸਾਈਕਲ ਦਿੱਤਾ ਮਹਾਂਪੁਰਸ਼ਾਂ ਨੇ ਟਰਾਈ ਗੱਟੀ ਪਰ ਪੁਆਇੰਟ ਰੇਟ ਦਾ ਨੰਬਰ ਕਹਿੰਦੇ ਧਾਵੀ ਦੇ ਖਾਤੇ ਜੁੜ ਗਿਆ ਆਹ ਕੌਂਕਿਆਂ ਵਾਲਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਹਰਦੀਪ ਸਿੰਘ ਨਾਮ ਹੈ ਇਹ ਭਗਦੇ ਸਮੁੰਦਰਾਂ ਦੇ ਰੁੱਖ ਮੋੜ ਤੇ ਕਿ ਧੰਨ ਧੰਨ ਹੋ ਗਈ ਹੈ ਕਬੱਡੀ ਵਾਲਿਓ ਆਹ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜਤੇ ਆਹ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜਤੇ ਪੁਆਇੰਟ ਕਹਿੰਦੇ ਕੌਂਕਿਆਂ ਵਾਲਾ ਜੁੜ ਗਿਆ ਮੁੰਡਾ ਕਹਿੰਦੇ ਲੁਧਿਆਣੇ ਵਾਲਾ ਜੁੜ ਗਿਆ ਆਹ ਮੁੰਡੇ ਦਾ ਸਨਮਾਨ ਮੈਂ ਪਹਿਲਾਂ ਦੱਸਿਆ ਚੁੱਕਾ ਸਾਹਿਬ ਸੋਨੇ ਦੇ ਕੈਠੇ ਦੇ ਨਾਲ ਕੈਠੇ ਵਾਲਾ ਭਾਈ ਤੇਰਾ ਕੀ ਲੱਗਦਾ ਨੇ ਜਿੰਨੇ ਕੁਲਫੀ ਖਵਾਈ ਤੇਰਾ ਆਹ ਜਿੰਨੇ ਕੁਲਫੀ ਖਵਾਈ ਤੇਰਾ ਕੀ ਲੱਗਦਾ ਪੱਟੀ ਵਾਲਿਆ ਪੁਆਇੰਟ ਆਹ ਧਾਵੀ ਦਾ ਆਹ ਪੁਆਇੰਟ ਰੇਡਰ ਦਾ ਆਹ ਹੁੰਦਾ ਮਲਕੀਤ ਚੀਮੇ ਦਾ ਕਹਿੰਦੇ ਖੇਡਾਰੀ ਖੇਤਾਂ ਹਾਰੀ ਹੈ ਆਹ ਅਮਨ ਕਬੱਡੀ ਪਾ ਰਿਹਾ ਅਮਨ ਦੀ ਰੇਡ